ਅਜੀਤ ਵੈਬ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਵਰਨ ਸਿੰਘ ਟੈਣ ਦੋਸਤੋ ਤੁਸੀਂ ਜਾਣਦੇ ਹੋ ਕਿ ਅਸੀਂ ਹਰ ਹਫਤੇ ਤੁਹਾਡੇ ਲਈ ਪ੍ਰੋਗਰਾਮ ਖਬਰਾਂ ਦੇ ਆਰ ਪਾਰ ਲੈ ਕੇ حاضر ਹੁੰਨੇ ਆ ਇਸ ਪ੍ਰੋਗਰਾਮ ਦੇ ذریعے ਰਾਸ਼ਟਰੀ ਪੱਧਰੀ ਤੇ ਪੰਜਾਬ ਪੱਧਰੀ ਰਾਜਨੀਤੀ ਸਮਾਜਿਕ ਮਸਲਿਆਂ ਅਕਾਦਮਿਕ ਮਸਲਿਆਂ ਸੱਭਿਆਚਾਰਕ ਮਸਲਿਆਂ ਦੇ ਉੱਤੇ ਜੋ ਖਬਰਾਂ ਲੰਘੇ ਹਫਤੇ ਦੇ ਵਿੱਚ ਪ੍ਰਕਾਸ਼ਿਤ ਤੇ ਪ੍ਰਸਾਰਤ ਹੋਈਆਂ ਹੁੰਦੀਆਂ ਨੇ ਉਹਨਾਂ ਦੇ ਉੱਤੇ ਅਸੀਂ ਚਰਚਾ ਕਰਦੇ ਆਂ ਤੇ ਹਰ ਹਫਤੇ ਸਾਡੇ ਸਟੂਡੀਓ ਦੇ ਵਿੱਚ ਮਾਹਿਰ ਮਹਿਮਾਨ ਜਨਾਬ ਸਤਨਾਮ ਸਿੰਘ ਜੀ ਮਾਨਕ ਪਹੁੰਚਦੇ ਨੇ ਅੱਜ ਵੀ ਉਹ ਸਾਡੇ ਸਟੂਡੀਓ ਦੇ ਵਿੱਚ ਆਏ ਨੇ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਪਿਛਲੇ ਹਫਤੇ ਦੀਆਂ ਚਲੰਤ ਮਾਮਲਿਆਂ ਦੇ ਉੱਤੇ ਆਧਾਰਿਤ ਪ੍ਰਕਾਸ਼ ਅਤੇ ਪ੍ਰਸਾਰਤ ਹੋਈਆਂ ਖਬਰਾਂ ਦੇ ਬਾਬਤ ਮਾਨਕ ਸਾਹਿਬ ਸਵਾਗਤ ਹੈ ਤੁਹਾਡਾ ਸ਼ੁਕਰੀਆ ਜੀ ਮਾਨਕ ਸਾਹਿਬ ਪਿਛਲੇ ਹਫਤੇ ਸਭ ਤੋਂ ਅਹਿਮ ਖਬਰ ਇਹ ਰਹੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭੂਟਾਨ ਦੌਰੇ ਦੇ ਉੱਤੇ ਗਏ 2 ਦਿਨਾਂ ਉਹ ਇਹ ਨੜਾ ਦੌਰਾ ਸੀ ਤੇ ਉਹਨਾਂ ਨੇ ਪਹਿਲਾ ਦੌਰਾ ਕੀਤਾ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਤੇ ਉੱਥੇ ਜਾ ਕੇ ਭੂਟਾਨ ਦੇ ਪ੍ਰਧਾਨ ਮੰਤਰੀ ਤੇ ਉਥੋਂ ਦੇ ਨਰੇਸ਼ ਦੇ ਨਾਲ ਗੱਲਬਾਤ ਕੀਤੀ ਹੈ ਕਿ B2B ਸਿਧਾਂਤ ਦੇ ਉੱਤੇ ਅਮਲ ਕਰਨਾ ਚਾਹੀਦਾ ਯਾਨੀ ਕਿ ਭਾਰਤ ਟੂ ਭੂਟਾਨ ਤੇ ਭੂਟਾਨ ਟੂ ਭਾਰਤ ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਸਮਝੌਤਿਆਂ ਦੀ ਗੱਲਬਾਤ ਛੀੜੀ ਹੈ ਤੁਹਾਡੇ ਨਜ਼ਰੀਏ ਮੁਤਾਬਕ ਨਰਿੰਦਰ ਮੋਦੀ ਹੋਰਾਂ ਦੇ ਭੂਟਾਨ ਦੌਰੇ ਦੀ ਦੂਰ ਰਸੀ ਸਾਰਥਕਤਾ ਕਿੰਨੀ ਖੋ ਸਕਦੀ ਹੈ ਡਾਣਾ ਜੀ ਸਾਡੇ ਜਿਹੜੇ ਗੁਵੰਢੀ ਦੇਸ਼ ਹੈ ਜੀ ਉਹਨਾਂ ਨਾਲ ਭਾਰਤ ਦੇ ਸਬੰਧ ਜੇ ਬਿਹਤਰ ਹੋਣ ਤਾਂ ਭਾਰਤ ਜਿਹੜਾ ਆ ਉਹ ਵਿਕਾਸ ਕਰ ਸਕਦਾ ਤੇ ਸਾਡੇ ਜਿਹੜੇ ਗੁਵੰਢੀ ਦੇਸ਼ ਹੈ ਉਹ ਵਿਕਾਸ ਕਰ ਸਕਦੇ ਆ ਗੱਲ ਇਹ ਨਹੀਂ ਹੈ ਕਿ ਕੋਈ ਦੇਸ਼ ਵੱਡਾ ਹੈ ਜਾਂ ਛੋਟਾ ਹੈ ਗੱਲ ਇਹ ਆ ਕਿ ਇਸ ਸਾਰੇ ਖਿੱਤੇ ਦਾ ਜੇਕਰ ਸਮੂਹਿਕ ਵਿਕਾਸ ਹੋਵੇ ਤੇ ਇੱਥੇ ਅਮਨ ਤੇ ਸਥਿਰਤਾ ਹੋਵੇ ਤਾਂ ਜਿਹੜੇ ਇੱਥੇ ਦੇ ਲੋਕ ਆ ਉਹ ਖੁਸ਼ ਰਹਿ ਸਕਦੇ ਆ ਪਠਾਨ ਜਿਹੜਾ ਇੱਕ ਛੋਟਾ ਜਿਹਾ ਭਾਰਤ ਦਾ ਗਵੰਦੀ ਪਹਾੜੀ ਜਿਹੜਾ ਉਦੇਸ਼ ਹੈ ਪਰ ਇਹ ਦੀ ਸਿਧਾਂਤਕ ਜਿਹੜੀ ਆ ਜਿਹੜੀ ਦੇਣ ਬੜੀ ਵੱਡੀ ਆ ਜਦੋਂ ਅੱਜ ਦੁਨੀਆ ਦੇ ਅੰਦਰ ਸਾਰੀ ਦੁਨੀਆ ਭੱਜੀ ਫਿਰਦੀ ਆ ਜਿਹੜੀ ਆ ਆਪਣੇ ਗ੍ਰੋਸ ਡੋਮੈਸਟਿਕ ਜਿਹੜੀ ਪ੍ਰੋਡਕਸ਼ਨ ਆ ਜਿਹਨੂੰ ਅਸੀਂ ਜੀਡੀਪੀ ਕਹਿੰਦੇ ਆ ਉਹ ਵਧਾਉਣ ਦੇ ਚੱਕਰ ਚ ਪਈ ਹੋਈ ਆ ਤੇ ਆਪਣੀ ਵਿਕਾਸ ਦਾ ਜਿਹੜਾ ਪੈਮਾਨਾ ਉਹ ਇਸ ਚੀਜ਼ ਨੂੰ ਬਣਾਉਂਦੇ ਆ ਕਿ ਤੁਹਾਡਾ ਕੁੱਲ ਘਰੇਲੂ ਉਤਪਾਦਨ ਕਿੰਨਾ ਵਧੀਆ ਤੇ ਉਸ ਵੇਲੇ ਪਟਾਨ ਨੇ ਦੁਨੀਆ ਨੂੰ ਇਹ ਸਿਧਾਂਤ ਦਿੱਤਾ ਗ੍ਰੋਸ ਡੋਮੈਸਟਿਕ ਹੈਪੀਨੈਸ ਅੱਛਾ ਤੇ ਜੇ ਜੇ ਤੁਹਾਡੇ ਕਿੰਨੇ ਲੋਕ ਖੁਸ਼ ਆ ਜੇ ਤੁਹਾਡੇ ਲੋਕ ਖੁਸ਼ ਹੈ ਤਾਂ ਉਹ ਦੇਸ਼ ਨੂੰ ਖੁਸ਼ਹਾਲ ਮੰਨਿਆ ਜਾਏਗਾ ਅਗਰ ਜੇ ਤੁਹਾਡੇ ਲੋਕ ਖੁਸ਼ ਨਹੀਂ ਹੈਗੇ ਭਾਵੇਂ ਤੁਹਾਡੀ ਵਿਕਾਸ ਦਰ ਜਿਹੜੀ ਹੈ ਜਾਂ ਤੁਹਾਡਾ ਘਰੇਲੂ ਉਤਪਾਦਨ ਹੈ ਉਹ ਕਿੰਨਾ ਵੀ ਜਿਹੜਾ ਵਧਿਆ ਹੋਇਆ ਉਹਦਾ ਕੋਈ ਫਾਇਦਾ ਨਹੀਂ ਹੈ ਸੋ ਇਹ ਅਯੋਕੇ ਦੌਰ ਦੇ ਅੰਦਰ ਇਸ ਤਰ੍ਹਾਂ ਦਾ ਸਿਧਾਂਤ ਦੁਨੀਆ ਨੂੰ ਦੇਣ ਵਾਲੇ ਦੇਸ਼ ਦੇ ਨਾਲ ਭਾਰਤ ਦੇ ਜੇ ਬਿਹਤਰ ਸੰਬੰਧ ਬਣਦੇ ਆ ਤੇ ਭਾਰਤ ਉਸ ਦੇਸ਼ ਤੋਂ ਬਹੁਤ ਕੁਝ ਸਿੱਖ ਸਕਦਾ ਕਿਉਂਕਿ ਉਹ ਜਿਹੜਾ ਦੇਸ਼ ਹੈ ਪਟਾਨ ਇੱਕ ਤਾਂ ਉੱਥੇ ਮਨਾਰਕੀ ਜਿਹੜੀ ਆ ਬਾਦਸ਼ਾਹਤ ਹੁੰਦਿਆਂ ਹੋયા ਜਿੰਗਵੇ ਵਾਕਚੁਕ ਜਿਹੜੇ ਉੱਥੇ ਦੇ ਨਰੇਸ਼ ਹੈ ਉਹਨਾਂ ਨੇ ਆਪਣੀ ਇੱਛਾ ਨਾਲ ਜਿਹੜੀ ਹੈ ਉੱਥੇ ਜਮਹੂਰੀ ਸੰਸਥਾਵਾਂ ਕਾਇਮ ਕੀਤੀਆਂ ਆਪਣੀ ਜਿਹੜੀ ਸਤਾ ਆ ਉਹ ਜਮਹੂਰੀ ਵਿਵਸਥਾ ਨੂੰ ਸਪਰਦ ਕਰ ਦਿੰਦੀ ਹੈ ਜਮਹੂਰੀ ਵਿਵਸਥਾ ਦੇ ਦੂਜੀ ਗੱਲ ਇਹ ਹੈ ਕਿ ਉਹਨੇ ਆਪਣੇ ਵਿਕਾਸ ਨੂੰ ਤੇ ਆਪਣੇ ਵਾਤਾਵਰਨ ਨੂੰ ਇੱਕ ਉਹਨਾਂ ਦੋਹਾਂ ਦਾ ਸੰਤੁਲਨ ਬਣਾਇਆ ਬਿਲਕੁਲ ਤੇ ਇਸ ਇਹਦੇ ਨਾਲ ਹੀ ਤੀਜੀ ਗੱਲ ਉਹਨਾਂ ਨੇ ਕੀਤੀ ਹੈ ਕਿ ਆਪਣੀਆਂ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਉਹਨਾਂ ਨੇ ਜ਼ਿੰਦਾ ਰੱਖਿਆ ਸੋ ਇਹ ਇਹ ਜਿਹੜੀਆਂ ਗੱਲਾਂ ਹੈਗੀਆਂ ਭਾਰਤੈਨਾਂ ਤੋਂ ਬਹੁਤ ਕੁਝ ਸਿੱਖ ਸਕਦਾ। ਬਿਲਕੁਲ। ਜਿੱਥੋਂ ਦਾ ਇੱਕ ਨਰਿੰਦਰ ਮੋਦੀ ਹੋਰਾਂ ਦੇ ਸਾਡੇ ਪ੍ਰਧਾਨ ਮੰਤਰੀ ਦਾ ਇਹ ਪਹਿਲਾ ਦੌਰਾ ਹੈ ਜਿਹੜਾ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਕਿਸੇ ਦੂਜੇ ਦੇਸ਼ ਦਾ ਕੀਤਾ। ਇਸ ਪੱਖ ਤੋਂ ਵੀ ਇਹ ਗੱਲ ਉਹਨਾਂ ਨੇ ਇੱਕ ਵਾਰ ਫੇਰ ਇਹ ਸੰਕੇਤ ਦੇਣ ਦਾ ਯਤਨ ਕੀਤਾ ਸ਼੍ਰੀ ਨਰਿੰਦਰ ਮੋਦੀ ਨੇ ਕਿ ਸਾਡੇ ਲਈ ਆਪਣੇ ਗੁਆਂਢੀ ਦੇਸ਼ ਹੈ। ਉਨ੍ਹਾਂ ਦੀ ਸਭ ਤੋਂ ਵੱਧ ਅਮੀਅਤ ਹੈ ਅਸੀਂ ਸਭ ਤੋਂ ਪਹਿਲਾਂ ਆਪਣੇ ਗੁਵੰਢੀ ਦੇਸ਼ਾਂ ਨਾਲ ਸਬੰਧ ਸੁਧਾਰਾਂਗੇ ਉਸ ਤੋਂ ਬਾਅਦ ਅਗਲੇ ਜਿਹੜੇ ਦੇਸ਼ ਸਾਡੇ ਲਈ ਅਮੀਅਤ ਰੱਖਦੇ ਆ ਆਰਥਿਕ ਤੌਰ ਤੇ ਰਾਜਨੀਤਿਕ ਤੌਰ ਤੇ ਜਾਂ ਸਭਿਆਚਾਰਕ ਤੌਰ ਤੇ ਉਸ ਤੋਂ ਬਾਅਦ ਫਿਰ ਦੂਜੇ ਦੇਸ਼ਾਂ ਨਾਲ ਸਬੰਧ ਸੁਧਾਰੇ ਜਾਣਗੇ ਜਿਹੜਾ ਸੰਕੇਤ ਦਿੰਦਾ ਇਹ ਵੀ ਬਹੁਤ ਅੱਛੀ ਗੱਲ ਹੈ ਇਸ ਤੋਂ ਇਲਾਵਾ ਇਹ ਦੋਹਾਂ ਦੇਸ਼ਾਂ ਦੇ ਜਿਹੜੇ ਜੇ ਸੰਬੰਧ ਬਣਦੇ ਆ ਤੇ ਦੋਵੇਂ ਦੇਸ਼ ਆਰਥਿਕ ਤੌਰ ਤੇ ਇੱਕ ਦੂਜੇ ਦਾ ਫਾਇਦਾ ਉਠਾ ਸਕਦੇ ਆ ਪਟਾਣ ਦੇ ਵਿੱਚ ਜਿਹੜੇ ਬਹੁਤ ਜ਼ਿਆਦਾ ਜਲ ਸਰੋਤ ਆ ਉੱਥੋਂ ਪਣ ਬਿਜਲੀ ਬੜੀ ਪੈਦਾ ਹੋ ਸਕਦੀ ਆ ਪ੍ਰਧਾਨ ਮੰਤਰੀ ਨੇ ਇੱਕ ਪਣ ਬਿਜਲੀ ਪ੍ਰੋਜੈਕਟ ਦਾ ਉੱਥੇ ਨੀਂ ਪੱਥਰ ਰੱਖਿਆ ਇਸ ਤੋਂ ਇਲਾਵਾ ਭਾਰਤ ਦੀ ਸਹਾਇਤਾ ਨਾਲ ਸੁਪਰੀਮ ਕੋਰਟ ਦੀ ਉੱਥੇ ਇਮਾਰਤ ਬਣਾਈ ਗਈ ਆ ਉਹਦਾ ਵੀ ਘਟਨ ਕੀਤਾ ਪ੍ਰਧਾਨ ਮੰਤਰੀ ਨੇ ਤੇ ਪ੍ਰਧਾਨ ਮੰਤਰੀ ਨੇ ਜਿਹੜੇ ਪਟਾਣ ਦੇ ਵਿਦਿਆਰਥੀ ਪੜ੍ਹਤ ਵਿੱਚ ਪੜ੍ਹਨ ਆਉਂਦੇ ਆ ਜਾਂ ਉਹ ਪੜ੍ਹਨਾ ਆਉਣਗੇ ਉਹਨਾਂ ਲਈ ਜਿਹੜਾ ਸਹਿਤਾ ਦਾ ਐਲਾਨ ਕੀਤਾ ਉਹਨਾਂ ਨੂੰ ਵਜੀਫੇ ਦੇਣ ਦਾ ਐਲਾਨ ਕੀਤਾ ਇਸ ਤਰ੍ਹਾਂ ਸਮੁੱਚੇ ਤੌਰ ਤੇ ਕਿਹਾ ਜਾ ਸਕਦਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਜਿਹੜਾ ਪਟਾਣ ਦਾ ਦੌਰਾ ਸਫਲ ਰਿਹਾ ਔਰ ਇਸ ਗੱਲ ਲਈ ਪ੍ਰਧਾਨ ਮੰਤਰੀ ਪ੍ਰਸ਼ੰਸਾ ਦੇ ਪੱਤਰ ਆ ਕਿ ਉਹਨਾਂ ਨੇ ਸਭ ਤੋਂ ਪਹਿਲਾਂ ਸਬੰਧ ਸੁਧਾਰਨ ਲਈ ਜਿਹੜੇ ਦੱਖਣੀ ਏਸ਼ੀਆ ਦੇ ਦੇਸ਼ਾਂ ਨੂੰ ਚੁਣਿਆ ਹਾਂ ਹਾਂ ਬਹੁਤ ਵਧੀਆ ਜੀ ਸਮੂਹ ਭਾਰਤ ਦੇ ਸੂਝਵਾਨ ਲੋਕ ਇਹ ਚਾਹੁੰਦੇ ਨੇ ਕਿ ਭਾਰਤ ਦਾ ਗੁਵਾਂਡੀ ਮੁਲਕਾਂ ਦੇ ਨਾਲ ਤਾਲਮੇਲ ਬਹੁਤ ਵਧੀਆ ਹੋਵੇ ਰابطਾ ਕਾਇਮ ਰਹੇ ਤਾਂ ਜੋ ਸਾਰੇ ਦੇਸ਼ਾਂ ਦੇ ਵਿੱਚ ਵਿਕਾਸ ਦੀ ਪਰੰਪਰਾ ਅੱਗੇ ਵਧ ਸਕੇ ਤੇ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਦਾ ਸਮੂਹਕ ਰੂਪ ਦੇ ਵਿੱਚ ਹੱਲ ਕੀਤਾ ਜਾ ਸਕੇ ਮਾਨਕ ਸਾਹਿਬ ਪਿਛਲੇ ਹਫਤੇ ਅਰੁਣ ਜੇਟਲੀ ਜਿਹੜੇ ਕਿ ਭਾਰਤ ਦੇ ਰੱਖਿਆ ਮੰਤਰੀ ਨੇ ਉਹਨਾਂ ਨੇ ਜੰਮੂ ਕਸ਼ਮੀਰ ਦਾ ਪਹਿਲਾ ਦੌਰਾ ਕੀਤਾ ਹਾਂਜੀ ਕਹਿਣ ਦਾ ਭਾਵ ਇਹ ਆ ਕਿ ਨਰਿੰਦਰ ਮੋਦੀ ਹੋਰਾਂ ਤੋਂ ਬਾਅਦ ਦੂਜੇ ਨੰਬਰ ਦੇ ਰੁਤਬੇ ਵਾਲੇ ਮੰਤਰੀ ਦੇ ਵੱਲੋਂ ਬੇਸ਼ੱਕ ਆਪਣੇ ਹੀ ਦੇਸ਼ ਦੇ ਜੰਮੂ ਕਸ਼ਮੀਰ ਵਰਗੇ ਸੂਬੇ ਦਾ ਦੌਰਾ ਕੀਤਾ ਗਿਆ ਪਰ ਇਹਦੀ ਇੱਕ ਵਿਸ਼ੇਸ਼ ਮਹੱਤਤਾ ਮੰਨੀ ਜਾਂਦੀ ਹੈ ਕਿਉਂਕਿ ਲਗਾਤਾਰ ਪਾਕਿਸਤਾਨ ਵਾਲੇ ਪਾਸਿਓਂ ਸੀਜ਼ਫਾਇਰ ਦੀ ਉਲੰਘਣਾ ਕੀਤੀ ਜਾ ਰਹੀ ਹੈ ਜੰਗਬੰਦੀ ਦੀ ਉਲੰਘਣਾ ਕਰਕੇ ਪਤਾ ਨਹੀਂ ਕੀ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਅਰुण ਜੇਟਲੀ ਹੋਰਾਂ ਨੇ ਜਾ ਕੇ ਇਹ ਗੱਲ ਕਹੀ ਹੈ ਕਿ ਜੇਕਰ ਦੋਹਾਂ ਮੁਲਕਾਂ ਦੇ ਵੱਲੋਂ ਪਿਆਰ ਦੀ ਤੰਦ ਨੂੰ ਪੀੜੀ ਕੀਤਾ ਜਾਣਾ ਤਾਂ ਇਹ ਜਿਹੜੇ ਹਮਲੇ ਆ ਇਹ ਬੰਦ ਹੋਣੇ ਚਾਹੀਦੇ ਆ ਤੁਸੀਂ ਕੀ ਮੰਨਦੇ ਹੋ ਬਤੌਰ ਪੱਤਰਕਾਰ ਤੁਹਾਡਾ ਕੀ ਨਜ਼ਰੀਆ ਹੈ ਕਿ ਅਰुण ਜੇਟਲੀ ਹੋਰਾਂ ਦੇ ਜੰਮੂ ਕਸ਼ਮੀਰ ਦੌਰੇ ਦੇ ਨਾਲ ਪਾਕਿਸਤਾਨ ਨੂੰ ਕੋਈ ਸੰਕੇਤ ਦਿੱਤਾ ਜਾ ਸਕਦਾ ਜਾਂ ਫਿਰ ਨਹੀਂ ਪਹਿਲੀ ਗੱਲ ਤਾਂ ਇਹ ਹੈ ਕਿ ਪਾਕਿਸਤਾਨ ਜਿਹੜਾ ਬਾਰ-ਬਾਰ ਜਿਹੜਾ ਸਰਹੱਦ ਤੇ ਗੋਲਾਬਰੀ ਕਰ ਰਿਹਾ ਔਰ ਗੋਲਾਬੰਦੀ ਦਾ ਜਿਹੜਾ ਸਮਝੌਤਾ ਹੈ ਉਹ ਦੀ ਉਹ ਲੰਗਣਾ ਕਰ ਰਿਹਾ ਹੈ ਉਹ ਕੀ ਸੰਕੇਤ ਦੇਣ ਦਾ ਯਤਨ ਕਰ ਰਿਹਾ ਹੈ ਉਹਨਾਂ ਦਾ ਸੰਕੇਤ ਜੋ ਸਪਸ਼ਟ ਰੂਪ ਵਿੱਚ ਸਮਝੇ ਆਉਂਦਾ ਕਿ ਭਾਵੇਂ ਪਾਕਿਸਤਾਨ ਦੀ ਜਿਹੜੀ ਜਮਹੂਰੀ ਸਰਕਾਰ ਆ ਨਵਾਜ਼ ਸ਼ਰੀਫ ਦੀ ਅਗਵਾਈ ਵਾਲੀ ਉਹ ਭਾਰਤ ਨਾਲ ਵਿਤਰ ਰਿਸ਼ਤੇ ਚਾਹੁੰਦੀ ਹੈ ਉਹਨਾਂ ਨੇ ਜਿਸ ਤਰ੍ਹਾਂ ਨਵਾਜ਼ ਸ਼ਰੀਫ ਨੇ ਸ਼੍ਰੀ ਨਰਿੰਦਰ ਮੋਦੀ ਦੇ ਸਦੇ ਤੇ ਜਿਹੜੇ ਨਵੀਂ ਸਰਕਾਰ ਦੇ ਸੌਚ ਚੁੱਕ ਸਮਾਗਮ ਚ ਸ਼ਾਮਲ ਹੋਏ ਆ ਉਹਨਾਂ ਨੇ ਤਾਂ ਨਵਾਜ਼ ਸ਼ਰੀਫ ਨੇ ਤਾਂ ਇਹ ਸੰਕੇਤ ਦੇਣ ਦਾ ਯਤਨ ਕੀਤਾ ਕਿ ਅਸੀਂ ਭਾਰਤ ਨਾਲ ਚੰਗੇ ਸਬੰਧ ਚਾਹੁੰਦੇ ਆ ਪਰ ਪਾਕਿਸਤਾਨ ਦੀ ਜਿਹੜੀ ਫੌਜੀ ਸਥਾਪਤੀ ਆ ਉਹ ਅਜੇ ਵੀ ਜਿਹੜਾ ਉਹ ਆਪਣੀ ਜਿਹੜੀ ਨੀਤੀ ਤੇ ਚੱਲਣ ਦਾ ਯਤਨ ਕਰ ਰਹੀ ਹੈ ਸੰਕੇਤ ਉਹ ਇਹ ਦੇ ਰਹੀ ਹੈ ਕਿ ਅਸੀਂ ਜਿਹੜਾ ਜੰਮੂ ਕਸ਼ਮੀਰ ਦੇ ਮਾਮਲੇ ਤੇ ਜੋ ਪਾਕਿਸਤਾਨ ਦਾ ਨਜ਼ਰੀਆ ਹੈ ਜੋ ਪਾਕਿਸਤਾਨ ਜਿਸ ਤਰ੍ਹਾਂ ਦਾ ਹੱਲ ਜੰਮੂ ਕਸ਼ਮੀਰ ਦਾ ਚਾਹੁੰਦਾ ਉਹਦੇ ਲਈ ਉਹ ਜਿਹੜੀ ਸਿੱਧੀ جنگ ਹੈ ਜਿਹਨੂੰ ਪ੍ਰਾਕਸੀ ਵਾਰ ਕਹਿੰਦੇ ਆ ਉਹ ਜਾਰੀ ਰੱਖਣ ਦੇ ਹੱਕ ਚ ਹੈ ਜਾਂ ਜਾਰੀ ਰੱਖਣ ਲਈ ਯਤਨਸ਼ੀਲ ਹੈ ਸੋ ਇਸ ਸੰਦਰਭ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਸੁਰੱਖਿਆ ਸਥਿਤੀ ਹੈ ਜਾਂ ਆਉਣ ਵਾਲੇ ਸਮੇਂ ਵਿੱਚ ਜਿਹੜੀ ਉਹ ਸੁਰੱਖਿਆ ਸਥਿਤੀ ਹੋਰ ਨਾ ਵਿਗੜੇ ਉਹਦੇ ਲਈ ਜ਼ਰੂਰੀ ਆ ਕਿ ਭਾਰਤ ਆਪਣੀ ਸਾਰੀ ਤਿਆਰੀ ਕਰੇ ਇਸ ਸੰਦਰਭ ਵਿੱਚ ਸਾਡੇ ਜਿਹੜੇ ਰੱਖਿਆ ਮੰਤਰੀ ਸ਼੍ਰੀ ਅਰਨ ਜੇਤਲੀ ਉਹਨਾਂ ਨੇ ਸਿੱਧਾ ਦੌਰਾ ਕੀਤਾ ਫੌਜੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ ਰਾਜ ਦੀ ਸਰਕਾਰ ਨਾਲ ਗੱਲਬਾਤ ਕੀਤੀ ਹੈ ਤੇ ਸਮੁੱਚੇ ਤੌਰ ਤੇ ਉਹਨਾਂ ਨੇ ਇਹ ਸਮਝਣ ਦਾ ਯਤਨ ਕੀਤਾ ਕੇ ਉੱਥੇ ਕੀ ਕੀ ਚੁਣੌਤੀਆਂ ਤੇ ਉਹਨਾਂ ਨੂੰ ਕਿਵੇਂ ਹੱਲ ਕੀਤਾ ਜਾ ਸਕਦਾ ਉਹਨਾਂ ਨਾਲ ਕਿਵੇਂ ਨਿਪਟਿਆ ਜਾ ਸਕਦਾ ਇਸ ਸੰਦਰਭ ਤੋਂ ਸ਼੍ਰੀ ਅਰਣ ਜੈਤਲੀ ਦਾ ਇਹ ਦौरा ਕਾਫੀ ਮਹੱਤਵਪੂਰਨ ਰਿਹਾ ਬਿਲਕੁਲ ਮਾਨਕ ਸਾਹਿਬ ਅਰਣ ਜੈਤਲੀ ਹੋਰਾਂ ਨੇ ਗੱਲ ਕੀਤੀ ਹੈ ਪਿਆਰ ਦੀ ਤੰਦ ਪੀੜੀ ਕਰਨ ਦੀ ਪਰ ਇਥੇ ਦਰਸ਼ਕਾਂ ਨੂੰ ਇਹ ਵੀ ਦੱਸਣਾ ਬਣਦਾ ਹੈ ਕਿ ਜਿਸ ਦਿਨ ਨਵਾਜ਼ ਸ਼ਰੀਫ ਹੋਰੀ ਭਾਰਤ ਦੇ ਵਿੱਚ ਆਏ ਸੀ ਮੋਦੀ ਹੋਰਾਂ ਦੇ ਸੌ ਚੁੱਕ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਉਸ ਦਿਨ ਤੋਂ ਲੈ ਕੇ ਹੁਣ ਤੱਕ ਲਗਭਗ ਅੱਧੀ ਦਰਜਨ ਤੋਂ ਵੱਧ ਵਾਰ ਸੀਜ਼ਫਾਇਰ ਦੀ ਉਲੰਘਣਾ ਜੰਮੂ ਕਸ਼ਮੀਰ ਦੇ ਪੁਂਚ ਸੈਕਟਰ ਤੇ ਕਈ ਹੋਰ ਖੇਤਰਾਂ ਦੇ ਵਿੱਚ ਕੀਤੀ ਜਾ ਚੁੱਕੀ ਹੈ ਤੇ ਮਾਨਕ ਸਾਹਿਬ ਇਹਦੇ ਨਾਲ ਮਿਲਦੀ ਜੁਲਦੀ ਖਬਰ ਇਹ ਹੈ ਕਿ ਪਾਕਿਸਤਾਨ ਦੇ ਵੱਲੋਂ ਜੰਗਬੰਦੀ ਦੀ ਉਲੰਘਣਾ ਤਾਂ ਕੀਤੀ ਜਾ ਰਹੀ ਹੈ ਪਰ ਪਾਕਿਸਤਾਨ ਆਪ ਵੀ ਅੱਤਵਾਦੀ ਹਮਲਿਆਂ ਦੀ ਅਗ ਦਾ ਸੇਕ ਚੱਲ ਰਿਹਾ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਤੇ ਹੁਣ ਜਾਣਕਾਰੀ ਇਹ ਮਿਲੀ ਆ ਕਿ ਇੱਕ ਉਜ਼ਬੇਕ ਕਮਾਂਡਰ ਸਮੇਤ ਲਗਭਗ 105 ਅੱਤਵਾਦੀ ਆ ਜਿਹੜੇ ਉਹ ਮਾਰ ਮੁਕਾਏ ਗਏ ਆ ਉਥੋਂ ਦੀ ਫੌਜ ਦੇ ਵੱਲੋਂ ਉਹ ਹਵਾਈ ਹਮਲਿਆਂ ਦੇ ਜ਼ਰੀਏ ਕੀ ਮੰਨਦੇ ਹੋ ਕਿ ਪਾਕਿਸਤਾਨ ਜਿਹੜੀ ਘਰ ਦੇ ਵਿੱਚ ਹੀ ਜੰਗ ਛੜੀ ਹੋਈ ਹੈ ਉਹਦੇ ਨਾਲ ਕਦੇ ਨਜਿੱਠ ਸਕੇਗਾ ਜਾਂ ਫਿਰ ਇਹ ਮਾਹੌਲ ਇਦਾਂ ਹੀ ਚੱਲੇਗਾ ਦੇਖੋ ਜੇ ਪਾਕਿਸਤਾਨ ਨੂੰ ਸਪਸ਼ਟ ਰੂਪ ਚ ਜਿਹੜਾ ਤਾਲਮਾਨ ਦੇ ਖਿਲਾਫ ਲੜਾਈ ਲੜਨੀ ਪੈਣੀ ਹੈ ਔਰ ਬਹੁਤ ਸਾਰੇ ਉੱਥੇ ਦੇ ਸਿਆਸੀ ਲੀਡਰ ਜਿਹੜੇ ਆ ਤੇ ਬਹੁਤ ਸਾਰੀਆਂ ਉੱਥੇ ਦੀਆਂ ਜਿਹੜੀਆਂ ਧਾਰਮਿਕ ਜਥੇਬੰਦੀਆਂ ਜਾਂ ਜਿਹੜੇ ਤਾਲਮਾਨ ਦੇ ਸਮਰਥਕ ਆ ਉਹ ਸਰਕਾਰ ਤੇ ਦਬਾਅ ਪਾਉਂਦੇ ਰਹਿੰਦੇ ਆ ਕਿ ਸਰਕਾਰ ਗੱਲਬਾਤ ਕਰੇ ਤੇ ਤਾਲਵਾਨ ਨਾਲ ਗੱਲਬਾਤ ਕਰਕੇ ਮਸਲੇ ਨੂੰ ਸੁਲਝਾਵੇ ਇਹ ਅਸਲ ਚ ਇਹ ਗੱਲ ਸੰਭਵ ਨਹੀਂ ਹੈਗੀ ਕਿ ਤਾਲਵਾਨ ਇੱਕ ਵੱਖਰਾ ਨਜ਼ਰੀਆ ਰੱਖਦੇ ਆ ਉਹ ਪਾਕਿਸਤਾਨ ਦੀ ਜਿਹੜੀ ਹੁਣ ਦਾ ਜਮਹੂਰੀ ਢਾਂਚਾ ਆ ਜਮਹੂਰੀ ਵਿਵਸਥਾ ਆ ਉਹ ਬਿਲਕੁਲ ਉਹਨੂੰ ਖਤਮ ਕਰਨਾ ਚਾਹੁੰਦੇ ਆ ਉਹ ਚਾਹੁੰਦੇ ਆ ਕਿ ਸ਼ਰੀਅਤ ਦੇ ਆਧਾਰ ਤੇ ਸਾਰਾ ਰਾਜਨੀਤਿਕ ਪ੍ਰਬੰਧ ਚੱਲੇ ਤੇ ਉਹਦੇ ਚ ਜਿਹੜਾ ਹੁਣ ਦਾ ਜਿਹੜਾ ਸੰਵਿਧਾਨ ਹੈ ਹੁਣ ਦੀ ਜਿਹੜੀ ਜਮਹੂਰੀਅਤ ਹੈ ਹੁਣ ਦਾ ਜਿਹੜਾ ਨਿਆਂਕ ਵਿਵਸਥਾ ਇਹ ਸਾਰੀ ਬਦਲੀ ਜਾਏ ਇਸ ਤਰ੍ਹਾਂ ਦੀ ਸਥਿਤੀ ਜਿਹੜੀ ਆ ਪਾਕਿਸਤਾਨ ਦੀ ਕੋਈ ਵੀ ਰਾਜਨੀਤਿਕ ਪਾਰਟੀ ਜਿਹੜੀ ਆ ਉਹ ਨੂੰ ਮੰਨਣ ਲਈ ਤਿਆਰ ਨਹੀਂ ਇੱਕ ਜਿਹੜੀਆਂ ਮੁਠੀ ਪਰ ਜਿਹੜੀਆਂ ਤਾਲਮਾਨ ਪੱਖੀ ਜਥੇਬੰਦੀਆਂ ਉਹਨਾਂ ਨੂੰ ਛੱਡ ਕੇ ਬਾਕੀ ਕੋਈ ਵੀ ਰਾਜਨੀਤਿਕ ਪਾਰਟੀ ਆ ਜਿਹੜੀ ਪਾਕਿਸਤਾਨ ਦੀ ਉਹ ਇਸ ਤਰ੍ਹਾਂ ਦੀ ਵਿਵਸਥਾ ਨੂੰ ਮੰਨਣ ਲਈ ਤਿਆਰ ਨਹੀਂ ਹੈਗੇ ਇਸ ਕਰਕੇ ਪਾਕਿਸਤਾਨ ਨੂੰ ਹਰ ਹਾਲਤ ਵਿੱਚ ਤਾਲਮਾਨ ਨਾਲ ਫੈਸਲਾ ਕੁੱਨ ਲੜਾਈ ਲੜਨੀ ਪੈਣੀ ਹੈ 40000 ਤੋਂ ਉੱਤੇ ਲੋਕ ਪਾਕਿਸਤਾਨ ਦੇ ਇਹ ਜਿਹੜੇ ਆਤਲਮਾਨ ਦੇ ਹੱਥੋਂ ਤੇ ਉੱਥੇ ਦੀਆਂ ਕਟੜਪੰਥੀ ਜਿਸੇਬੰਦੀਆਂ ਦੇ ਹੱਥੋਂ ਮਾਰੇ ਜਾ ਚੁੱਕੇ ਆ ਫੌਜ ਦੇ ਜਿਹੜੇ ਬਹੁਤ ਸਾਰੇ ਜਵਾਨ ਤੇ ਬਹੁਤ ਸਾਰੇ ਬਹੁਤ ਸਾਰੇ ਅਫਸਰ ਮਾਰੇ ਜਾ ਚੁੱਕੇ ਆ ਲਗਾਤਾਰ ਤਾਲਮਨ ਜਿਹੜੇ ਆ ਫੌਜ ਨੂੰ ਨਿਸ਼ਾਨਾ ਬਣਾਉਂਦੇ ਆ ਔਰ ਕਰਾਚੀ 'ਚ ਪਿਛਲੇ ਦਿਨੀ ਹਵਾਈ ਅੱਡੇ ਤੇ ਹਮਲਾ ਹੋਇਆ ਤੇ ਉਹ ਤੋਂ ਬਾਅਦ ਜਿਹੜਾ ਕਰਾਚੀ ਦੀ ਉਹਦੇ ਵਿੱਚ ਇੱਕ ਜਿਹੜੀ ਉੱਥੇ ਸੁਰੱਖਿਆ ਏਜੰਸੀ ਹੈ ਜਿਹੜੀ ਹਵਾਈ ਅੱਡੇ ਦੀ ਰੱਖਿਆ ਕਰਦੀ ਹੈ ਉਹਦੇ ਹੈੱਡ ਕੁਆਟਰ ਤੇ ਹਮਲਾ ਹੋਇਆ ਸੋ ਇਹ ਸਾਰੀਆਂ ਘਟਨਾਵਾਂ ਇਹ ਦੱਸ ਰਹੀਆਂ ਕਿ ਤਾਲਮਾਨ ਜਿਹੜੇ ਆ ਪਾਕਿਸਤਾਨ ਦੇ ਉੱਪਰ ਕਬਜ਼ਾ ਕਰਨਾ ਚਾਹੁੰਦੇ ਆ ਉੱਥੇ ਦੇ ਰਾਜਨੀਤਿਕ ਪ੍ਰਬੰਧ ਨੂੰ ਬਦਲਣਾ ਚਾਹੁੰਦੇ ਆ ਉਹਨਾਂ ਨਾਲ ਪਾਕਿਸਤਾਨ ਸਰਕਾਰ ਦਾ ਕੋਈ ਸਮਝੌਤਾ ਨਹੀਂ ਹੋ ਸਕਦਾ ਜਿੰਨੀ ਛੇਤੀ ਪਾਕਿਸਤਾਨੇ ਦਾ ਅਹਿਸਾਸ ਕਰਕੇ ਉਹਨਾਂ ਨਾਲ ਫੈਸਲਾ ਕੋਈ ਲੜਾਈ ਲੜਨ ਲਈ ਤਿਆਰ ਹੋ ਜਵੇ ਉਹਨਾਂ ਛੇਤੀ ਹੀ ਜਿਹੜਾ ਪਾਕਿਸਤਾਨ ਦੀ ਸਥਿਤੀ ਜਿਹੜੀ ਇਹ ਸੁਧਰਨ ਦੀ ਕੋਈ ਆਸ ਪੈਦਾ ਹੋ ਸਕਦੀ ਹੈ ਹਾਂ ਬਿਲਕੁਲ ਮਾਨਕ ਸਾਹਿਬ ਸਹੀ ਗੱਲ ਹੈ ਤੁਹਾਡੀ ਤੇ ਪਿਛਲੇ ਹਫਤੇ ਮਾਨਕ ਸਾਹਿਬ ਪੰਜਾਬ ਤੋਂ ਵੀ ਕਈ ਤਰਾਂ ਦੀਆਂ ਰਾਜਨੀਤਿਕ ਖਬਰਾਂ ਆਈਆਂ ਹਾਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕੀਤੀ ਹੈ ਅਰुण ਜੇਟਲੀ ਹੋਰਾਂ ਨਾਲ ਵੀ ਮੁਲਾਕਾਤ ਕੀਤੀ ਜਲ ਵਸੀਲਿਆਂ ਦੀ ਮੰਤਰੀ ਬੀਬੀ ਊਮਾ ਭਾਰਤੀ ਨਾਲ ਵੀ ਮੁਲਾਕਾਤ ਕੀਤੀ ਤੇ ਉਹਨਾਂ ਨੇ ਪੰਜਾਬ ਦੀਆਂ ਵੱਖ-ਵੱਖ ਮੰਗਾਂ ਕੇਂਦਰ ਸਰਕਾਰ ਦੇ ਅੱਗੇ ਰੱਖੀਆਂ ਹਾਂਜੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਮੋਦੀ ਹੋਰਾਂ ਨੂੰ ਯਾਦ ਪੱਤਰ ਦਿਵਾਇਆ ਇਸ ਤੋਂ ਇਲਾਵਾ ਅਰुण ਜੇਟਲੀ ਹੋਰਾਂ ਤੋਂ ਮੰਗ ਕੀਤੀ ਆ ਕਿ ਪੰਜਾਬ ਸਿਰ ਚੜਿਆ 1 ਲੱਖ ਕਰੋੜ ਰੁਪਏ ਦਾ ਕਰਜ਼ਾ ਮਾਫ਼ ਕੀਤਾ ਜਾਵੇ ਤੇ ਜਲ ਵਸੀਲਾਂ ਦੀ ਮੰਤਰੀ 우ਮਾ ਭਾਰਤੀ ਤੋਂ ਇਹ ਮੰਗ ਕੀਤੀ ਆ ਕਿ ਜਿਵੇਂ ਤੁਸੀਂ ਗੰਗਾ ਨਦੀ ਬਾਰੇ ਇੱਕ ਸਪਸ਼ਟ ਕਾਨੂੰਨ ਬਣਾਉਣ ਜਾ ਰਹੇ ਹੋ ਨਿਯਮ ਬਣਾ ਰਹੇ ਹੋ ਉਸੇ ਤਰੀਕੇ ਦੇ ਨਾਲ ਸਤਲੁਜ ਦਰਿਆ ਦੇ ਸਬੰਧ ਦੇ ਵਿੱਚ ਵੀ ਕੋਈ ਨਿਯਮ ਬਣਾਇਆ ਜਾਵੇ ਕਾਨੂੰਨ ਬਣਾਇਆ ਜਾਵੇ ਸਾਡੀ ਮਦਦ ਕੀਤੀ ਜਾਵੇ ਤੇ ਚੰਗੀ ਗੱਲ ਇਹ ਆ ਕਿ ਹੰਦਰੂ ਹੰਗਾਰਾ ਮਿਲਿਆ ਮੁੱਖ ਮੰਤਰੀ ਸਾਹਿਬ ਦੀਆਂ ਸਾਰੀਆਂ ਮੰਗਾਂ ਨੂੰ ਤੁਸੀਂ ਕੀ ਮੰਨਦੇ ਹੋ ਕਿ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਨੂੰ ਕਿੰਨਾ ਕੁ ਪੈਕੇਜ ਦਿੱਤਾ ਜਾ ਸਕਦਾ ਹੈ ਮੁੱਖ ਮੰਤਰੀ ਸਾਹਿਬ ਘੁਰਾਨੀਆਂ ਸਾਰੀਆਂ ਮੰਗਾਂ ਦੇ ਉੱਤੇ ਗੌਰ ਫਰਮਾਈ ਹੋ ਸਕਦੀ ਹੈ ਜਾਂ ਫਿਰ ਇਹ ਮੰਗਾਂ ਹਾਲੇ ਹਾਂ ਤਾਂ ਕੀਤੀ ਜਾ ਚੁੱਕੀ ਆ ਪਰ ਲਟਕ ਸਕਦੀਆਂ ਨੇ ਸਾਨੂੰ ਆਪਣੀਆਂ ਜਿਹੜੀਆਂ ਮੰਗਾਂ ਆ ਜੀ ਉਹ ਕੇਂਦਰ ਸਰਕਾਰ ਦੇ ਕੋਲ ਰੱਖਦੇ ਰਹਿਣਾ ਚਾਹੀਦਾ ਹੈ ਜੀ ਔਰ ਇਹ ਜਿਹੜੀ ਨਵੀਂ ਸਰਕਾਰ ਬਣਨੀ ਆ ਪੰਜਾਬ ਦੀਆਂ ਕਿਹੜੀਆਂ-ਕਿਹੜੀਆਂ ਮੰਗਾਂ ਆ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਆ ਨਵੀਂ ਸਰਕਾਰ ਨੂੰ ਉਹਨਾਂ ਤੋਂ ਜਾਣੂ ਕਰਾਣਾ ਬੜਾ ਜ਼ਰੂਰੀ ਸੀ ਔਰ ਇਹ ਗੱਲ ਜਿਹੜੀ ਆ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਸ਼ਾਸਨ ਦੀਆਂ 100 ਤਰੁੱਟੀਆਂ ਹੋ ਸਕਦੀਆਂ ਉਹਨਾਂ ਨਾਲ ਅਸੀਂ ਵੱਖਰੇ ਵਿਚਾਰ ਸਾਡੇ ਉਹਨਾਂ ਦੇ ਪ੍ਰਸ਼ਾਸਨ ਪ੍ਰਤੀ ਹੋ ਸਕਦੇ ਆ ਪਰ ਇਹ ਗੱਲ ਬੜੀ ਉਹਨਾਂ ਦੀ ਇੱਕ ਹਾਂ ਪੱਖੀ ਆ ਜਾਂ ਉਹਨਾਂ ਦੀ ਇੱਕ ਸਿਫਤ ਹੈ ਕਿ ਉਹ ਜਿਹੜੀ ਵੀ ਸੈਂਟਰ ਚ ਸਰਕਾਰ ਹੁੰਦੀ ਹੈ ਉਹਦੇ ਮੰਤਰੀਆਂ ਨਾਲ ਵੱਖ-ਵੱਖ ਜਿਹੜੇ ਮੰਤਰੀ ਕੇਂਦਰੀ ਮੰਤਰੀ ਹੈ ਲਗਾਤਾਰ ਉਹਨਾਂ ਨਾਲ ਰਾਬਤਾ ਰੱਖਦੇ ਆ ਵਿਚਾਰ ਵਟਾਂਦਰਾ ਕਰਦੇ ਆ ਤੇ ਸਮੇਂ-ਸਮੇਂ ਤੇ ਜਾ ਕੇ ਉਹਨਾਂ ਨੂੰ ਮਿਲਦੇ ਆ ਤੇ ਉਹਨਾਂ ਤੋਂ ਜਿਹੜੀਆਂ ਕੇਂਦਰ ਸਰਕਾਰ ਦੀਆਂ ਸਕੀਮਾਂ ਹੋਣੀਆਂ ਜਾਂ ਜਿਹੜੀਆਂ ਅਸੀਂ ਜੋ ਮੰਗਾ ਉਹਨਾਂ ਤੋਂ ਮੰਨਵਾਉਣਾ ਚਾਹ ਰਹੇ ਆ ਇਹ ਕੇਂਦਰ ਸਰਕਾਰ ਤੋਂ ਉਹਨਾਂ ਦੇ ਸਾਹਮਣੇ ਰੱਖਦੇ ਰਹਿੰਦੇ ਆ ਜਮੂਰੀ ਪ੍ਰਬੰਧ ਚ ਇਹੀ ਵਿਵਸਥਾ ਹੁੰਦੀ ਹੈ ਕੇਂਦਰ ਸਰਕਾਰ ਤੋਂ ਕੁਝ ਹਾਸਲ ਕਰਨ ਦੀ ਇਸ ਸੰਦਰਭ ਵਿੱਚ ਪਿਛਲੇ ਦਿਨੀ ਪ੍ਰਕਾਸ਼ ਸਿੰਘ ਬਾਦਲ ਨੇ ਦੂਜਾ ਅਰਨ ਜੈਤੁਲੀ ਜਿਹੜੇ ਵਿੱਤ ਮੰਤਰੀ ਵੀ ਹੈ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਗ੍ਰਹਿ ਮੰਤਰੀ ਰਾਜਨਾਰਥ ਸਿੰਘ ਨਾਲ ਮੁਲਾਕਾਤ ਕੀਤੀ ਹੈ ਤੁਸੀਂ ਦੱਸਿਆ ਜਿਹੜੀ ਉਮਾ ਭਾਰਤੀ ਨਾਲ ਮੁਲਾਕਾਤ ਕੀਤੀ ਹੈ ਕੁਝ ہاں ਪੱਖੀ ਕੁਝ ਸੰਕੇਤ ਮਿਲੇ ਹੈ ਜਿਹਦੇ ਚ ਖਾਸ ਕਰਕੇ ਉਹਨਾਂ ਨੇ ਕਿਹਾ ਵੀ ਗੰਗਾ ਦੀ ਤਰਜ਼ ਤੇ ਜਿਹੜੀ ਆ ਸਤਲੋਜੀ ਦੀ ਵੀ ਸਪਾਈ ਜਿਹੜੀ ਕਰਵਾਈ ਜਾਏਗੀ ਇਹਦੇ ਲਈ ਉਹ ਸਿਧਾਂਤਕ ਤੌਰ ਤੇ ਉਮਾ ਭਾਰਤੀ ਨੇ ਸਹਿਮਤੀ ਦਿੱਤੀ ਹੈ ਇਸ ਤੋਂ ਇਲਾਵਾ ਇਹ ਗੱਲ ਸਹੀ ਹੈ ਕਿ ਅਤਵਾਦ ਦੇ ਜਿਹੜੇ ਸਮੇਂ ਚ ਪੰਜਾਬ ਨੂੰ ਗੁਜ਼ਰਨਾ ਪਿਆ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹਦੇ ਨਾਲ ਜਿਹੜਾ ਇੰਦਰ ਕੁਮਾਰ ਗੁਜਰਾਲ ਹੋਰਾਂ ਨੇ ਉਸ ਸਮੇਂ ਜਿਹੜਾ ਉਹ 8500 ਕਰੋੜ ਦਾ ਕਰਜ਼ਾ ਸਾਡਾ ਮਾਫ ਕੀਤਾ ਸੀ ਵੱਖ ਉਹ ਵੱਖ-ਵੱਖ ਕਿਸ਼ਤਾਂ 'ਚ ਬਾਅਦ 'ਚ ਮਾਫ ਹੁੰਦਾ ਰਿਹਾ ਪਰ ਉਸ ਵੇਲੇ ਜਿਹੜਾ ਪੰਜਾਬ ਦਾ ਇੱਕ ਤਰ੍ਹਾਂ ਨਾਲ ਆਰਥਿਕ ਤੌਰ ਤੇ ਲੱਕ ਟੁੱਟ ਗਿਆ ਸੀ ਸਾਡੀ ਸਿੱਖਿਆ ਤੇ ਸਿਹਤ ਸਵਾਮਾਂ ਨੂੰ ਦਿਹਾਤੀ ਖੇਤਾਂ 'ਚ ਜੋ ਨੁਕਸਾਨ ਪਹੁੰਚਿਆ ਔਰ ਜਿਹੜਾ ਸਾਡੀ ਖੇਤੀਬਾੜੀ ਨੂੰ ਵੀ ਨੁਕਸਾਨ ਪਹੁੰਚਿਆ ਕਿ ਖੇਤੀਬਾੜੀ ਤੇ ਆਧਾਰ ਤੇ ਸਨਤਾ ਨਹੀਂ ਲੱਗ ਸਕੀਆਂ ਤੇ ਸਾਡੀ ਖੇਤੀਬਾੜੀ ਜਿਹੜੀ ਆ ਉਹਦੇ 'ਚ ਉਹ ਚਿਰ ਹੰਢਣੀ ਨਹੀਂ ਹੋ ਸਕੀ ਸੋ ਇਹ ਸਾਰੇ ਮਸਲੇ ਆ ਜਿਹੜੇ ਬੜੇ ਉਲਝੇ ਹੋਏ ਆ ਜਿਹੜਾ ਪੰਜਾਬ ਦੇ ਵਿੱਚ ਇੱਕ ਤਰ੍ਹਾਂ ਦੀ ਆਰਥਿਕ ਖੜੋਤ ਆਈ ਹੋਈ ਹੈ ਇਹਨੂੰ ਤੋੜਨ ਲਈ ਇਹ ਜ਼ਰੂਰੀ ਹੈ ਕਿ ਕੇਂਦਰ ਨਾਲ ਲਗਾਤਾਰ ਰابطਾ ਬਣਾ ਕੇ ਰੱਖਿਆ ਜਾਵੇ ਔਰ ਪੰਜਾਬ ਦੀਆਂ ਜਿਹੜੀਆਂ ਹੱਕੀ ਮੰਗਾਂ ਆ ਉਹਨਾਂ ਤੋਂ ਮਨਵਾਈਆਂ ਜਾਣ ਕਿਉਂਕਿ ਜਿਹੜੀ ਕੇਂਦਰ ਚ ਕਾਂਗਰਸ ਦੀ ਸਰਕਾਰ ਰਹੀ ਹੈ ਭਾਵੇਂ ਡਾਕਟਰ ਮਨਮੋਹਨ ਸਿੰਘ ਪੰਜਾਬ ਪ੍ਰਤੀ ਜਿਹੜਾ ਉਹ ਉਦਾਰ ਰਵਈਆ ਰੱਖਦੇ ਸੀ ਕੁਝ ਨਾ ਕੁਝ ਉਹਨਾਂ ਨੇ ਕਰਨ ਦਾ ਯਤਨ ਵੀ ਕੀਤਾ ਪਰ ਸਮੁੱਚੇ ਤੌਰ ਤੇ ਜਿਹੜੀ ਕਾਂਗਰਸ ਦਾ ਵਤੀਰਾ ਸੀਗਾ ਕੇਂਦਰ ਦੀ ਜਿਹੜੀ ਕਾਂਗਰਸ ਦੀ ਸਰਕਾਰ ਸੀ ਉਹਦਾ ਕੋਈ ਬਹੁਤਾ ਜ਼ਿਆਦਾ ਪੰਜਾਬ ਪ੍ਰਤੀ ਹਾਂਪੱਖੀ ਵਤੀਰਾ ਨਹੀਂ ਸੀਗਾ ਪੰਜਾਬ ਲਗਾਤਾਰ ਇਹ ਮੰਗ ਠਾਉਂਦਾ ਰਿਹਾ ਕਿ ਜਿਸ ਤਰ੍ਹਾਂ ਗਵੰਡੀ ਰਾਜਾਂ ਨੂੰ ਸੰਨਤੀ ਪੈਕੇਜ ਦਿੱਤਾ ਗਿਆ ਸੰਤਾਂ ਦੇ ਵਿਕਾਸ ਲਈ ਉਹਨਾਂ ਨੂੰ ਟੈਕਸ ਦੀਆਂ ਸਹੂਲਤਾਂ ਦਿੱਤੀਆਂ ਗਈਆਂ ਉਸੇ ਤਰ੍ਹਾਂ ਸਹੂਲਤਾਂ ਜਿਹੜੀਆਂ ਪੰਜਾਬ ਕਿਉਂਕਿ ਇੱਕ ਸਰਦੀ ਰਾਜ ਹੈ ਇਹਨੂੰ ਵੀ ਦਿੱਤੀਆਂ ਜਾਣੀਆਂ ਚਾਹੀਦੀਆਂ ਪਰ ਇਹਦੀ ਗੱਲ ਕੋਈ ਸੁਣੀ ਨਹੀਂ ਗਈ ਸੋ ਆਸ ਕੀਤੀ ਜਾਂਦੀ ਹੈ ਕਿ ਜਿਹੜੀ ਨਵੀਂ ਸਰਕਾਰ ਹੁਣ ਕੇਂਦਰ 'ਚ ਬਣੀ ਆ ਜੇਕਰ ਪੰਜਾਬ ਬਾਦਲੀਲ ਢੰਗ ਨਾਲ ਆਪਣਾ ਕੇਸ ਲਗਾਤਾਰ ਉਹਦੇ ਸਾਹਮਣੇ ਪੇਸ਼ ਕਰੇਗਾ ਤੇ ਇਹ ਜਿਹੜੀ ਸਰਕਾਰ ਆ ਉਹ ਪਹਿਲੀ ਜਿਹੜੀ ਕਾਂਗਰਸੀ ਯੂਆਈ ਵਾਲੀ ਸਰਕਾਰ ਨਾਲੋਂ ਪੰਜਾਬ ਪ੍ਰਤੀ ਜਿਹੜੀ ਵਧੇਰੇ ਆਧਾਰ ਹੋਏਗੀ ਔਰ ਕੁਝ ਨਾ ਕੁਝ ਪੰਜਾਬ ਦੀ ਸਹਾਇਤਾ ਜ਼ਰੂਰ ਕਰੇਗੀ ਹਾਂ ਬਿਲਕੁਲ ਮਾਨਕ ਸਾਹਿਬ ਪਿਛਲੇ ਹਫਤੇ ਮਾਨਕ ਸਾਹਿਬ ਪਰ ਇੱਕ ਗੱਲ ਟੈਣਾ ਜੀ ਇਹ ਹੈ ਕਿ ਪੰਜਾਬ ਦੇ ਨੂੰ ਪੰਜਾਬ ਦੀ ਜਿਹੜੀ ਅਕਾਲੀ ਭਾਜਪਾ ਗੱਠ ਜੋੜਿਆ ਜੀ ਇਹਨਾਂ ਨੂੰ ਇਕੱਠੇ ਤੌਰ ਤੇ ਜਾ ਕੇ ਕੇਂਦਰ ਕੋਲ ਆਪਣੀਆਂ ਮੰਗਾਂ ਰੱਖਣੀਆਂ ਚਾਹੀਦੀਆਂ ਜਿਸ ਤਰ੍ਹਾਂ ਇਹ ਜਿਹੜਾ ਪ੍ਰਕਾਸ਼ ਸਿੰਘ ਬਾਦਲ ਜਾਂ ਸਾਡੇ ਉਪਮੁਖੀ ਮંત્રી ਸੁਖਵੀਰ ਸਿੰਘ ਬਾਦਲ ਇਹ ਇਹ ਚਲੇਗਾ ਉਹਦੇ ਚ ਜਿਹੜੀ ਭਾਜਪਾ ਜਿਹੜੀ ਹੁਣ ਕੇਂਦਰ ਚ ਭਾਜਪਾ ਦੀ ਸਰਕਾਰ ਹੈ ਭਾਜਪਾ ਦੇ ਪੰਜਾਬ ਦੇ ਲੀਡਰਾਂ ਨੂੰ ਨਾਲ ਲੈ ਕੇ ਨਹੀਂ ਗਏ ਇਹਦੇ ਤੇ ਜਿਹੜੇ ਭਾਜਪਾ ਦੇ ਸੀਨੀਅਰ ਆਗੂ ਸ਼੍ਰੀ ਮਦਨ ਮੋਹਨ ਮਿੱਤਲ ਉਹਨਾਂ ਨੇ ਉਤਰਾਜ ਵੀ ਠਾਇਆ ਬਿਹਤਰ ਇਹ ਹੁੰਦਾ ਕਿ ਪਹਿਲਾਂ ਪੰਜਾਬ ਦੀਆਂ ਮੰਗਾਂ ਤੇ ਪੰਜਾਬ ਚ ਅਕਾਲੀ ਭਾਜਪਾ ਜਿਹੜਾ ਗੱਠ ਜੋੜਿਆ ਇਹਦੇ ਵਿੱਚ ਬੈਠ ਕੇ ਵਿਚਾਰ ਕੀਤੀ ਜਾਂਦੀ ਉਹ ਇਹਦੇ ਤੇ ਕੋਈ ਆਮ ਸਹਿਮਤੀ ਬਣਾਈ ਜਾਂਦੀ ਫਿਰ ਇਕੱਠੇ ਹੋ ਕੇ ਪੰਜਾਬ ਦੀਆਂ ਮੰਗਾਂ ਲੈ ਕੇ ਕੇਂਦਰ ਸਰਕਾਰ ਕੋਲ ਜਾਂਦੇ ਤਾਂ ਉਹਦਾ ਬੇਤਰ ਪ੍ਰਭਾਵ ਬਣਾ ਸੀ ਤੇ ਉਹਦੇ ਨਾਲ ਕੇਂਦਰ ਸਰਕਾਰ ਤੋਂ ਕੁਝ ਨਾ ਕੁਝ ਲੈਣ ਦੀਆਂ ਜਿਹੜੀਆਂ ਸੁਭਾਵਨਾਵਾਂ ਵੀ ਵਧਣੀਆਂ ਸੀ ਹੁਣ ਪਿਛਲੇ ਪਿਛੇ ਜੋ ਕੁਝ ਹੋ ਗਿਆ ਉਹ ਤਾਂ ਹੋ ਗਿਆ ਅੱਗੇ ਲਈ ਇਹ ਜਿਹੜਾ ਇਹ ਦੋਵੇਂ ਜਿਹੜੇ ਗੱਠਜੋੜ ਦੇ ਭਾਈਵਾਲ ਆ ਇਹਨਾਂ ਨੂੰ ਕੇਂਦਰ ਸਰਕਾਰ ਤੋਂ ਆਪਾਂ ਕੀ ਮੰਗਣਾ ਕੀ ਲੈਣਾ ਚਾਹੁੰਦੇ ਆ ਉਦੇ ਬਾਰੇ ਪਹਿਲਾਂ ਆ ਵਿਚਾਰ ਚਰਚਾ ਕਰਨੀ ਚਾਹੀਦੀ ਹੈ ਤੇ ਫਿਰ ਕੇਂਦਰ ਕੋਲ ਜਾ ਕੇ ਮੰਗਾਰ ਰੱਖਣੀਆਂ ਚਾਹੀਦੀਆਂ ਹਨ ਬਿਲਕੁਲ ਮਾਨਕ ਸਾਹਿਬ ਤੁਹਾਡੀ ਗੱਲ درست ਹੈ ਪਿਛਲੇ ਹਫਤੇ ਪੰਜਾਬ ਦੇ ਵਿੱਚ ਨਸ਼ਾ ਮੁਕਤੀ ਵਾਲੀ ਮੁਹਿੰਮਾ ਜਿਹੜੀ ਉਹ ਕਈ ਪੜਾਵਾਂ ਦੇ ਵਿੱਚੋਂ ਲੰਗੀ ਹੈ ਕਦੇ ਇਸ ਮੁਹਮਮ ਦੇ ਬਾਰੇ ਇਹ ਕਿਹਾ ਜਾਂਦਾ ਸੀ ਕਿ ਇਹ ਬਹੁਤ ਵਧੀਆ ਉਦਮ ਹੈ ਕਦੇ ਇਹਦੇ ਉੱਤੇ ਕਿੰਤੂ ਪ੍ਰੰਤੂ ਹੁੰਦੀ ਸੀ ਸੋਨ ਸਿੰਘ ਠੰਡਲ ਜਿਹੜੇ ਕਿ ਪੰਜਾਬ ਦੇ ਜ਼ਿਲ੍ਹਿਆਂ ਦੇ ਵਿਭਾਗ ਬਾਰੇ ਮੰਤਰੀ ਆ ਉਹਨਾਂ ਨੇ ਕਿਹਾ ਕਿ ਪੰਜਾਬ ਦੀਆਂ ਜੇਲਾਂ ਦੇ ਵਿੱਚ ਅਸੀਂ ਬੈਰਕਾਂ ਦੀ ਗਿਣਤੀ ਵਧਾਵਾਂਗੇ ਤਾਂ ਜੋ ਇੱਥੇ ਕੈਦੀ ਵੱਧ ਗਿਣਤੀ ਵਿੱਚ ਸਮਾਸਕਣ ਤੇ ਦੋਸ਼ ਇਹ ਲੱਗ ਰਿਹਾ ਕਿ ਪੰਜਾਬ ਦੇ ਨਸ਼ਾ ਤਸਕਰਾਂ ਨੂੰ ਫੜਨ ਦੀ ਥਾਂ ਤੇ ਪੰਜਾਬ ਦੇ ਨਸ਼ੇੜੀਆਂ ਦੀ ਫੜੋ ਫੜੀ ਕਰਕੇ ਉਹਨਾਂ ਨੂੰ ਜੇਲ੍ਹਾਂ ਦੀਆਂ ਸੀਖਾਂ ਪਿੱਛੇ ਤਾੜਿਆ ਜਾ ਰਿਹਾ ਹੈ ਤੁਹਾਡੇ ਨਜ਼ਰੀਏ ਦੇ ਮੁਤਾਬਕ ਕੀ ਕੈਦੀਆਂ ਨੂੰ ਇਸ ਤਰੀਕੇ ਦੇ ਨਾਲ ਤੰਗ ਪ੍ਰੇਸ਼ਾਨ ਕਰਕੇ ਜਾਂ ਨਸ਼ੇੜੀਆਂ ਨੂੰ ਤੰਗ ਪ੍ਰੇਸ਼ਾਨ ਕਰਕੇ ਪੰਜਾਬ ਨੂੰ ਸਹੀ ਅਰਥਾਂ ਦੇ ਵਿੱਚ ਨਸ਼ਾ ਮੁਕਤ ਬਣਾਇਆ ਜਾ ਸਕਦਾ ਹੈ ਉਹਦੇ ਵਿੱਚ ਗੱਲ ਇਹ ਹੈ ਕਿ ਇਹ ਗੱਲ ਇੰਨੀ ਸਰਲ ਨਹੀਂ ਹੈ ਇੰਨੀ ਸਿੱਧੀ ਸਾਦੀ ਨਹੀਂ ਹੈਗੀ ਉਹਦੇ ਵਿੱਚ ਤੁਸੀਂ ਵੱਖ-ਵੱਖ ਨਹੀਂ ਕਰ ਸਕਦੇ ਕਿ ਨਸ਼ਾ ਖਾਣ ਵਾਲੇ ਕੌਣ ਆ ਤੇ ਨਸ਼ਾ ਵੇਚਣ ਵਾਲੇ ਕੌਣ ਆ ਇਹ ਗੱਲ ਠੀਕ ਹੈ ਕਿ ਜਿਹੜੀ ਹਜੇ ਤੱਕ ਦੀ ਇਹ ਮੁਹਿੰਮ ਚੱਲੀ ਆ ਉਹਦੇ ਵਿੱਚ ਕਾਫੀ ਵੱਡੀ ਗਿਣਤੀ ਜਿਹੜੇ ਆ ਨੌਜਵਾਨ ਫੜੇ ਗਏ ਆ ਉਹਦੇ ਵਿੱਚ ਨਸ਼ਾ ਵੇਚਣ ਵਾਲੇ ਵੀ ਸ਼ਾਮਲ ਆ ਤੇ ਨਸ਼ਾ ਖਾਣ ਵਾਲੇ ਵੀ ਸ਼ਾਮਲ ਆ ਗੱਲ ਇਹ ਆ ਕਿ ਵੱਡੇ ਤਸਕਰ ਜਿਹੜੇ ਆ ਉਹ ਇੱਥੇ ਨਸ਼ੇ ਲੈ ਆਉਂਦੇ ਆ ਪੁਲਿਸ ਦੀ ਤੇ ਸਿਆਸਤਦਾਨਾਂ ਦੀ ਸਰਪ੍ਰਸਤੀ ਨਾਲੇ ਨਸ਼ੇ ਵਿਕਦੇ ਰਹੇ ਆ ਤੇ ਵਿਕ ਰਿਹਾ ਇਹ ਹਜੇ ਵੀ ਵਿਕ ਰਿਹਾ ਹੈ ਉਹਦੇ ਚ ਜਿਹੜੇ ਅੱਗੇ ਜਿਹੜੇ ਪਰਚੂਨ ਚ ਜਿਹੜਾ ਲੋਕ ਨਸ਼ਾ ਵੇਚਦੇ ਆ ਉਹ ਇਹੀ ਲੋਕ ਆ ਜਿਹੜੇ ਖਾਂਦੇ ਵੀ ਆ ਤੇ ਵੇਚਦੇ ਵੀ ਆ ਜੇ ਸਮਾਜ ਚ ਇੰਨੀ ਆ ਸਿੱਧੀਆਂ ਸਾਧੀਆਂ ਗੱਲਾਂ ਨਹੀਂ ਉਹਨੀਆਂ ਖਾਸ ਕਰਕੇ ਨਸ਼ੇ ਦੀ ਦੀ ਗੱਲ ਹੈ ਜੇ ਹੈਰੋਇਨ ਸਮੈਕ ਜਾਂ ਜਿਹੜੇ ਸਿੰਥੈਟਿਕ ਡਰੱਗ ਆ ਇਹ ਤੁਹਾਨੂੰ ਜਦੋਂ ਇੱਕ ਵਾਰ ਲੱਗ ਜਾਂਦੀ ਹੈ ਤੇ ਤੁਹਾਡੀ ਜਿਹੜੀ ਉਹਦੀ ਜਿਹੜੀ ਨਸ਼ੇ ਦੀ ਜਿਹੜੀ ਮੰਗਿਆ ਤੁਹਾਡੀ ਵਧਦੀ ਜਾਂਦੀ ਹੈ ਤੇ ਉਹ ਤੁਸੀਂ ਆਪਣੇ ਸਰੋਤਾਂ ਤੋਂ ਜਿਹੜੇ ਉਹ ਆਪਣਾ ਖਰਚਾ ਨਹੀਂ ਪੂਰਾ ਕਰ ਸਕਦੇ ਜਦੋਂ ਤੁਸੀਂ ਆਪਣਾ ਖਰਚਾ ਨਹੀਂ ਪੂਰਾ ਕਰ ਸਕਦੇ ਤੇ ਫੇਰ ਤੁਸੀਂ ਨਾਲ ਵੇਚਣ ਵੀ ਲੱਗ ਜਣੇ ਇਸ ਕਰਕੇ ਇਹ ਕਹਿਣਾ ਕਿ ਸਰਕਾਰ ਸਿਰਫ ਨਸ਼ਾ ਖਾਣ ਵਾਲਿਆਂ ਨੂੰ ਫੜ ਰਹੀ ਹੈ ਨਸ਼ਾ ਵੇਚਣ ਵਾਲਿਆਂ ਨੂੰ ਨਹੀਂ ਫੜ ਰਹੀ ਇਹ ਗੱਲ ਠੀਕ ਨਹੀਂ ਹੈਗੀ ਔਰ ਵਕ ਵਕ ਪਿੰਡਾਂ ਚ ਜਿਹੜਾ ਕਿਉਂਕਿ ਇੱਕ ਪੱਤਰਕਾਰ ਦੇ ਤੌਰ ਤੇ ਵੀ ਪਿੰਡੂ ਲੋਕਾਂ ਨਾਲ ਸੰਪਰਕ ਰੱਖੀਦਾ ਉਂਝ ਮੈਂ ਆਪਣੇ ਪਿੰਡ ਨਾਲ ਲਗਾਤਾਰ ਸੰਪਰਕ ਰੱਖਦਾ ਮੈਨੂੰ ਜੋ ਤੋਂ ਜਿਹੜਾ ਫੀਡਬੈਕ ਮਿਲ ਰਿਹਾ ਲੋਕ ਇਸ ਮਹਿੰਮ ਤੋਂ ਖੁਸ਼ ਮਹਿਸੂਸ ਕਰ ਰਹੇ ਆ ਔਰ ਲੰਮੇ ਸਮੇਂ ਤੱਕ ਪੁਲਿਸ ਨੇ ਸਿਆਸਤਦਾਨਾਂ ਨੇ ਇਹ ਨਸ਼ਾਖੋਰੀ ਨੂੰ ਵਧਣ ਦਿੱਤਾ ਇਹਨੂੰ ਹੱਥ ਨਹੀਂ ਪਾਇਆ ਪਿੰਡਾਂ ਦੇ ਵਿੱਚ ਗੁੰਡਾਗਰਦੀ ਬਦਮਾਸ਼ੀ ਬੜੀ ਵੱਧ ਗਈ ਸੀ ਪਿੰਡਾਂ ਦੇ ਵਿੱਚ ਚੋਰੀਆਂ ਬੜੀਆਂ ਹੋ ਗਈਆਂ ਸਕੂਲਾਂ ਦੇ ਵਿੱਚ ਕੰਪਿਊਟਰ ਨਹੀਂ ਛੱਡੇ ਜਾ ਰਹੇ ਸਕੂਲਾਂ ਦੇ ਵਿੱਚ ਗੈਸ ਦੇ ਸਿਲੰਡਰ ਨਹੀਂ ਛੱਡੇ ਜਾ ਰਹੇ ਔਰ ਮੋਟਰਾਂ ਖੂਹਾਂ ਚੋਂ ਗੱਡੀਆਂ ਜਾ ਰਹੀਆਂ ਮੋਟਰਾਂ ਦੀਆਂ ਤਾਰਾਂ ਜਿਹੜੀਆਂ ਲਾ ਕੇ ਵੇਚੀਆਂ ਜਾ ਰਹੀਆਂ ਟਰਾਂਸਫਾਰਮਰ ਵੀ ਜਿਹੜੇ ਵੇਚੇ ਜਾ ਰਹੇ ਆ ਇਹ ਹੀ ਲੋਕ ਜਿਹੜੇ ਨਸ਼ਾ ਖਾਂਦੇ ਵੀ ਆ ਤਾਂ ਨਸ਼ਾ ਵੇਚਦੇ ਵੀ ਇਹ ਹੀ ਇਹ ਕੰਮ ਕਰਦੇ ਆ ਬਿਨਾਂ ਸ਼ੱਕ ਸਾਡੀ ਪਹੁੰਚ ਇਹਨਾਂ ਪ੍ਰਤੀ ਹਮਦਰਦੀ ਵਾਲੀ ਹੋਣੀ ਚਾਹੀਦੀ ਹੈ ਇਹਨਾਂ ਨੂੰ ਫੜ ਕੇ ਇਹਨਾਂ ਦਾ ਇਲਾਜ ਕਰਵਾਉਣਾ ਚਾਹੀਦਾ ਪਰ ਇਹ ਗੱਲ ਨਹੀਂ ਹੈਗੀ ਕਿ ਤੁਸੀਂ ਇਹ ਕਹੋ ਕਿ ਜਿਹੜੀ ਪੰਜਾਬ ਸਰਕਾਰ ਨੇ ਮਹਿਮ ਚਲਾਈ ਹੈ ਉਹ ਸਿਰਫ ਨਸ਼ਾ ਖਾਣ ਵਾਲਿਆਂ ਦੇ ਖਿਲਾਫ ਹੈ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਨਹੀਂ ਹੈਗੀ ਪਰ ਇੱਕ ਗੱਲ ਦੀ ਅਜੇ ਉਡੀਕ ਹੈ ਕਿ ਇਸ ਤੰਦੇ ਨੂੰ ਚਲਾਉਣ ਵਾਲੇ ਜਿਹੜੇ ਵੱਡੇ ਲੋਕ ਆ ਉਹਨਾਂ ਨੂੰ ਹੱਥ ਪਾਉਣ ਦੀ ਅਜੇ ਵੀ ਜ਼ਰੂਰਤ ਹੈ ਔਰ ਜਿਨ੍ਹਾਂ ਸਿਆਸਤਦਾਨਾਂ ਨੇ ਜਿਨ੍ਹਾਂ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਣ ਚਾਹੇ ਅਕਾਲੀ ਭਾਜਪਾ ਨਾਲ ਸੰਬੰਧਿਤ ਹੋਣ ਚਾਹੇ ਕਾਂਗਰਸ ਨਾਲ ਜਾਂ ਕਿਸੇ ਹੋਰ ਪਾਰਟੀ ਨਾਲ ਜਿਨ੍ਹਾਂ ਸਿਆਸਤਦਾਨਾਂ ਨੇ ਜਿਨ੍ਹਾਂ ਨਸ਼ੇ ਦੇ ਅੰਤਸਖਰਾਂ ਨੇ ਚਾਹੇ ਕਿਸੇ ਪਾਰਟੀ ਦਾ ਵੀ ਉਹ ਲੈਵਲ ਵਰਤਦੇ ਹੋਣ ਵੱਡੀ ਪਦਰ ਤੇ ਤੇ ਪੈਸਾ ਕਮਾਇਆ ਇਹਦੇ ਚੋਂ ਉਹਨਾਂ ਨੂੰ ਹੱਥ ਪਾਇਆ ਜਾਣਾ ਚਾਹੀਦਾ ਉਹਨਾਂ ਦੀ ਜਾਇਦਾਦ ਜ਼ਬਤ ਹੋਣੀ ਚਾਹੀਦੀ ਹੈ ਉਹਨਾਂ ਨੂੰ ਸਖਤ ਸਜ਼ਾਵਾ ਦਿੱਤੀਆਂ ਜਾਣੀਆਂ ਚਾਹੀਦੀਆਂ ਤਾਂ ਜੋ ਅੱਗੇ ਨੂੰ ਕੋਈ ਇਹ ਕਾਰੋਬਾਰ ਜਿਹੜਾ ਨਪਾਕ ਕਾਰੋਬਾਰ ਆ ਉਹ ਕਰਨ ਦੀ ਜ਼ਰਤ ਨਾ ਕਰ ਸਕਣ ਅਜੇ ਜਿਹੜੀ ਇਹ ਮੁਹਿੰਮ ਚੱਲੀ ਆ ਬਿਨਾਂ ਸ਼ੱਕ ਉਹਦੇ ਨਾਲ ਇਹ ਸਮੱਸਿਆ ਆ ਰਹੀ ਹੈ ਕਿ ਵੱਡੀ ਗਿਣਤੀ ਜੀ ਤੁਸੀਂ ਜੇ ਨੌਜਵਾਨਾਂ ਨੂੰ ਜੇਲ੍ਹਾਂ 'ਚ ਰੱਖਦੇ ਆ ਉਹਨਾਂ ਨੂੰ ਜੇਲ੍ਹਾਂ 'ਚ ਰੱਖਣ ਦਾ ਪ੍ਰਵੰਧ ਨਹੀਂ ਹੋਣਾ ਉਹਨਾਂ ਲਈ ਜਿਹੜੇ ਨਸ਼ਾ ਛਡਾਊ ਕੇਂਦਰ ਜਾਂ ਜਿਹੜੇ ਨੌਜਵਾਨਾਂ ਨੂੰ ਸੁਧਾਰਨ ਵਾਲੇ ਕੇਂਦਰ ਵਿਕਸਿਤ ਕੀਤੇ ਜਾਣੇ ਚਾਹੀਦੇ ਆ ਸ਼੍ਰੋਮਣੀ ਕਮੇਟੀ ਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਨੂੰ ਅੱਗੇ ਆਉਣਾ ਚਾਹੀਦਾ ਪਰ ਇਸ ਮੁਹਿੰਮ ਨੂੰ ਐਨ ਜਿਹੜੇ ਆ ਲਗਾਤਾਰ ਪਰਚੋਲ ਕਰਕੇ ਵਿਚਾਰ ਕਰਕੇ ਸੱਚੇ ਰਾਹ ਤੇ ਪਾਉਣ ਲਈ ਤਾਂ ਯਤਨ ਹੋਣੇ ਚਾਹੀਦੇ ਆ ਪਰ ਇਸ ਮਹਿਮ ਨੂੰ ਬੰਦ ਨਹੀਂ ਕੀਤਾ ਜਾਣਾ ਚਾਹੀਦਾ ਅਗਰ ਜੇ ਮਹਿਮ ਇਹ ਬੰਦ ਹੋ ਗਈ ਤਾਂ ਮੁੜ ਕੇ ਪੰਜਾਬ ਜਿਹੜਾ ਉਹ ਨਸ਼ੇ ਦੀ ਜਿਹੜੀ ਜਿਹੜੇ ਇੱਕ ਕਿਸਮ ਦੇ ਨਸ਼ੇ ਦੀ ਦਲਦਲ ਚ ਜਿਹੜਾ ਖੁੱਬਦਾ ਜਾ ਰਿਹਾ ਇਹਦੇ ਵਿੱਚੋਂ ਮੁੜ ਕੇ ਕਦੇ ਨਿਕਲ ਨਹੀਂ ਸਕੇਗਾ ਬਿਲਕੁਲ ਸਹੀ ਗੱਲ ਹੈ ਤੁਹਾਡੀ ਮਾਨਕ ਸਾਹਿਬ ਕਿ ਪੰਜਾਬ ਜਿਹੜੇ ਮੋੜ ਦੇ ਉੱਤੇ ਆਣ ਖੜਾ ਨਸ਼ਾ ਦੇ ਮਾਮਲੇ 'ਚ ਇਹਦੇ ਬਾਬਤ ਸਾਨੂੰ ਸਾਰਿਆਂ ਨੂੰ ਸਹਿਿਰਦ ਰੋਲ ਆ ਜਿਹੜਾ ਉਹ ਅਪਣਾਉਣਾ ਚਾਹੀਦਾ ਹੈ ਪੰਜਾਬ ਪੁਲਿਸ ਨੂੰ ਵੀ ਚਾਹੀਦਾ ਕਿ ਉਹ ਸਹੀ ਤਰੀਕੇ ਦੇ ਨਾਲ ਕੰਮਕਾਜ ਕਰੇ ਉਹ ਨੂੰ ਉਹ ਪੈਸਾ ਕਮਾਉਣ ਦਾ ਧੰਦਾ ਨਾ ਬਣਾਵੇ ਜਿੱਦਾਂ ਪੰਜਾਬ ਪੁਲਿਸ ਦੇ ਵੱਡੇ ਹਿੱਸੇ ਜਿਹੜੇ ਆ ਵੱਡੇ ਬਹੁਤ ਸਾਰੇ ਲੋਕ ਪੰਜਾਬ ਪੁਲਿਸ ਦੇ ਅੰਦਰ ਪਹਿਲਾਂ ਨੱਚੇ ਬੁਕਵਾ ਕੇ ਪੈਸੇ ਲੈਂਦੇ ਰਿਹਾ ਹੁਣ ਉਹ ਛਾਪੇ ਮਾਰ ਕੇ ਲੋਕਾਂ ਤੋਂ ਪੈਸੇ ਜੇ ਇਕੱਠੇ ਕਰਨ ਦਾ ਯਤਨ ਕਰਨਗੇ ਫੇਰ ਤਾਂ ਇਸ ਮਹਿਮੇ ਦੇ ਉਲਟ ਸਿੱਤੇ ਨਿਕਲਣਗੇ ਪੰਜਾਬ ਪੁਲਿਸ ਨੂੰ ਸਹੀ ਸ਼ਬਦਾਂ ਚ ਜੜੇ ਜਿਆ ਸਹੀ ਅਰਥਾਂ ਚ ਸਹੀ ਭਾਵਨਾ ਨਾਲ ਇਹ ਜਿਹੜੇ ਨਸ਼ਾਖੋਰੀ ਨੂੰ ਕੰਟਰੋਲ ਕਰਨ ਲਈ ਯਤਨ ਕਰਨੇ ਚਾਹੀਦੇ ਇਹਨੂੰ ਪੈਸੇ ਬਣਾਉਣ ਲਈ ਇਸ ਮਹਿਮੇ ਨੂੰ ਨਹੀਂ ਵਰਤਣਾ ਚਾਹੀਦਾ ਹਾਂ ਬਿਲਕੁਲ ਮਾਨਕ ਸਾਹਿਬ ਇਹਦੇ ਨਾਲ ਹੀ ਮਿਲਦੀ ਜੁਲਦੀ ਇੱਕ ਖਬਰ ਇਹ ਹੈ ਕਿ ਫਰੀਦਕੋਟ ਤੋਂ ਇੱਕ ਮੌਜੂਦਾ ਸੱਤਾਧਾਰੀ ਪਾਰਟੀ ਦੇ ਐਮਐਲਏ ਨੇ ਜਿਨ੍ਹਾਂ ਦਾ ਸ਼ਰਾਬ ਕਾਰੋਬਾਰ ਦੇ ਵਿੱਚ ਬੜਾ ਵੱਡਾ ਨਾਂ ਹੈਗਾ ਉਨਾਂ ਦੀ ਇੱਕ ਫੈਕਟਰੀ ਦੇ ਵੱਲੋਂ ਸ਼ਰਾਬ ਦਾ ਇੱਕ ਨਵਾਂ ਬ੍ਰਾਂਡ ਤਿਆਰ ਕੀਤਾ ਗਿਆ ਜਿਹਦਾ ਨਾਂ ਹੈਗਾ ਪੰਜਾਬਣ ਰਸਪਰੀ ਇਸ ਗੱਲ ਦੇ ਉੱਤੇ ਇਸ ਬ੍ਰਾਂਡ ਦੇ ਨਾਂ ਦੇ ਉੱਤੇ ਕਈ ਤਰ੍ਹਾਂ ਦੇ ਵਿਵਾਦ ਛਿੜੇ ਹੋਏ ਆ ਕਿ ਪੰਜਾਬਣ ਤਾਂ ਦੁੱਖ ਭਰੀ ਹੋਈ ਆ ਪੰਜਾਬਣ ਰਸ ਭਰੀ ਕਿਉਂ ਰੱਖਿਆ ਗਿਆ ਇਹਦਾ ਨਾਂ ਪੰਜਾਬਣਾਂ ਤਾਂ ਸਾਡੀਆਂ ਮਾਨਮਤੀਆਂ ਨੇ ਜਿਨ੍ਹਾਂ ਨੇ ਦੇਸ਼ ਦੇ ਆਜ਼ਾਦੀ ਸੰਗਰਾਮ ਦੇ ਵਿੱਚ ਵੀ ਬੜਾ ਯੋਗਦਾਨ ਪਾਇਆ ਹੋਰ ਵੱਖ-ਵੱਖ ਖੇਤਰਾਂ 'ਚ ਬੜਾ ਯੋਗਦਾਨ ਪਾਇਆ ਇੱਕ ਹੋਰ ਸਿਆਸੀ ਆਗੂ ਦੀ ਸ਼ਰਾਬ ਦੀ ਫੈਕਟਰੀ ਹੈ ਜਿਹਦੇ ਵਿੱਚ ਸੌਫੀ ਹੀਰ ਤੇ ਸੌਫੀ ਰਾਂਝਾ ਇਹ ਦੋ ਬ੍ਰਾਂਡ ਤਿਆਰ ਕੀਤੇ ਗਏ ਆ ਕੀ ਤੁਸੀਂ ਮੰਨਦੇ ਹੋ ਕਿ ਜਨਤਾ ਦੇ ਚੁਣੇ ਹੋਏ ਪ੍ਰਤੀਨਿਧ ਜਦੋਂ ਇਹੋ ਜੇ ਕੰਮਕਾਜ ਕਰਦੇ ਨੇ ਤਾਂ ਉਹਨਾਂ ਦੇ ਪ੍ਰਤੀ ਲੋਕ ਮਨਾਂ ਦੇ ਵਿੱਚੋਂ ਜੋ ਆਧਾਰ ਹੁੰਦਾ ਜੋ ਮੋਹ ਹੁੰਦਾ ਉਹ ਪੰਗ ਹੋ ਜਾਂਦਾ ਹੈ ਤੇ ਲੋਕਾਂ ਨੂੰ ਇਸ ਮਾਮਲੇ ਦੇ ਉੱਤੇ ਕਿਹੋ ਜਿਹਾ ਰੁਖ ਅਪਣਾਉਣਾ ਚਾਹੀਦਾ ਹੈ ਜਿਹੜੀਆਂ ਕੋਈ ਵੀ ਆਪਣੀ ਜਿਹੜੀ ਤੁਸੀਂ ਕੋਈ ਚੀਜ਼ ਵੇਚਣਾ ਚਾਹੁੰਦੇ ਆ ਖਾਸ ਕਰਕੇ ਜਿਹੜੀ ਇਹ ਤਾਂ ਗੱਲ ਤੁਸੀਂ ਸ਼ਰਾਬ ਦੀ ਕੀਤੀ ਹੈ ਪੰਜਾਬ ਦੇ ਜਿਹੜੇ ਸੱਭਿਆਚਾਰਕ ਪ੍ਰਤੀਕ ਹੈ ਉਹਨਾਂ ਨੂੰ ਸ਼ਰਾਬ ਨਾਲ ਨਹੀਂ ਜੋੜਨਾ ਚਾਹੀਦਾ ਠੀਕ ਨਹੀਂ ਇਸੇ ਤਰ੍ਹਾਂ ਜਿਹੜੀ ਪੰਜਾਬ ਦੀਆਂ ਜਿਹੜੀਆਂ ਲੜਕੀਆਂ ਸਾਡੇ ਲਈ ਜਿਹੜੀਆਂ ਸਾਡੀਆਂ ਮਾਵਾਂ ਪੈਣਾ ਉਹ ਇੱਜ਼ਤ ਦੀਆਂ ਪਾਤਰ ਹੈ ਉਹਨਾਂ ਦੇ ਨਾਂ ਤੇ ਕੋਈ ਸ਼ਰਾਬ ਦਾ ਬ੍ਰਾਂਡ ਜਿਹੜਾ ਪ੍ਰਚਲਿਤ ਨਹੀਂ ਹੋਣਾ ਚਾਹੀਦਾ ਅਗਰ ਜੇ ਇਸ ਤਰ੍ਹਾਂ ਦੀ ਗੱਲ ਕੀਤੀ ਗਈ ਹੈ ਚਾਹੇ ਜਿਹੜਾ ਜਿਹੜਾ ਵਿਅਕਤੀ ਸ਼ਰਾਬ ਦੀ ਫੈਕਟਰੀ ਚਲਾਉਣ ਵਾਲਾ ਚਾਹੇ ਉਹ ਕਿਸੇ ਸੱਤਾਧਾਰੀ ਪਾਰਟੀ ਨਾਲ ਸੰਬੰਧਤ ਹੋਵੇ ਚਾਹੇ ਵਿਰੋਧੀ ਪਾਰਟੀ ਨਾਲ ਸੰਬੰਧਤ ਹੋਵੇ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਹਰ ਹਾਲਤ 'ਚ ਰੋਕੀਆਂ ਜਾਣੀਆਂ ਚਾਹੀਦੀਆਂ ਕੋਈ ਵੀ ਜਿਹੜਾ ਸ਼ਰਾਬ ਦਾ ਬ੍ਰਾਂਡ ਆ ਉਹ ਪੰਜਾਬ ਦੀਆਂ ਜਿਹੜੀਆਂ ਨੌਜਵਾਨ ਲੜਕੀਆਂ ਉਹਨਾਂ ਨਾਲ ਜੁੜਿਆ ਹੋਣਾ ਨਹੀਂ ਚਾਹੀਦਾ ਤੇ ਨਾ ਹੀ ਜਿਹੜੇ ਪੰਜਾਬ ਦੇ ਸੱਭਿਆਚਾਰਕ ਪ੍ਰਤੀਕ ਹੈ ਪੰਜਾਬ ਦੇ ਸੱਭਿਆਚਾਰ ਦੇ ਅੰਦਰ ਹੀਰ ਦਾ ਤੇ ਰਾंजे ਦਾ ਬੜਾ ਉੱਚਾ ਤੇ ਸੁਚਾ ਪ੍ਰਤੀਕ ਹੈ ਔਰ ਇਹਨੂੰ ਕਿਸੇ ਵੀ ਹਾਲਤ 'ਚ ਸ਼ਰਾਬ ਦੇ ਕਿਸੇ ਬ੍ਰਾਂਡ ਨਾਲ ਨਹੀਂ ਜੋੜਨਾ ਚਾਹੀਦਾ ਔਰ ਪੰਜਾਬ ਦੇ ਲੋਕਾਂ ਨੂੰ ਇਹਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਆਸ ਕਰਦੇ ਆ ਕਿ ਸਰਕਾਰ ਇਸ ਪਾਸੇ ਪੰਜਾਬ ਦੀ ਸਰਕਾਰ ਫੌਰੀ ਤੌਰ ਤੇ ਕਾਰਵਾਈ ਕਰਕੇ ਇਸ ਤਰ੍ਹਾਂ ਦੀਆਂ ਜਿਹੜੀਆਂ ਕੋਸ਼ਿਸ਼ਾਂ ਹੋ ਰਹੀਆਂ ਉਹਨਾਂ ਨੂੰ ਬੰਦ ਕਰਾਏਗੀ ਬਹੁਤ ਵਧੀਆ ਗੱਲ ਹੈ ਤੁਹਾਡੀ ਮਾਨਕ ਸਾਹਿਬ ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਕਦੇ ਗੱਬਰੂ ਨਾਂ ਦੀ ਕੋਈ ਸ਼ਰਾਬ ਆ ਜਾਂਦੀ ਹੈ ਕਦੇ ਸ਼ਰਮੀਲੀ ਕਦੇ ਮੁਟਿਆਰ ਕਦੇ ਸਰਦਾਰ ਜੀ ਇਦਾਂ ਦੇ ਬ੍ਰਾਂਡ ਆ ਜਿਹੜੇ ਉਹ ਪੰਜਾਬੀਆਂ ਦੇ ਮਨਾਂ ਦੇ ਉੱਤੇ ਬੜਾ ਮਾੜਾ ਪ੍ਰਭਾਵ ਪਾਉਂਦੇ ਆ ਤੇ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਵੀ ਪਹੁੰਚਾਉਂਦੀ ਹੈ। ਇਹ ਨੌਜਵਾਨਾਂ ਨੂੰ ਨਸ਼ਿਆਂ ਪਾਲੇ ਪਾਸੇ ਆਕਰਸ਼ਿਤ ਕਰਨ ਦਾ ਜਿਹੜੀ ਇੱਕ ਯੋਜਨਾ ਆ ਇੱਕ ਯਤਨ ਆ ਇੱਕ ਕੋਸ਼ਿਸ਼ ਹੈ। ਬਿਲਕੁਲ ਔਰ ਇਹ ਬੜੀ ਘਟਿਆ ਕੋਸ਼ਿਸ਼ ਹੈ। ਇਹ ਨਰੋਲ ਵਪਾਰਕ ਹਿਤਾ ਨੂੰ ਅੱਗੇ ਰੱਖ ਕੇ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦੇ ਜਿਹੜੇ ਨੁਕਸਾਨ ਹੋ ਸਕਦੇ ਆ ਉਹਨਾਂ ਨੂੰ ਧਿਆਨ ਚ ਨਹੀਂ ਰੱਖਿਆ ਜਾ ਰਿਹਾ ਇੱਕ ਪੱਤਰਕਾਰ ਦੇ ਤੌਰ ਤੇ ਮੈਂ ਮਹਿਸੂਸ ਕਰਨਾ ਕਿ ਇਹ ਸਾਰੇ ਯਤਨ ਜਿਹੜੇ ਆ ਇਹ ਬੰਦ ਹੋਣੇ ਚਾਹੀਦੇ ਬਿਲਕੁਲ ਮਾਨਕ ਸਾਹਿਬ ਖਬਰਾਂ ਹੋਰ ਵੀ ਬਹੁਤ ਸਾਰੀਆਂ ਸਨ ਜਿਨ੍ਹਾਂ ਦੇ ਉੱਤੇ ਵਿਚਾਰ ਚਰਚਾ ਕੀਤੀ ਜਾ ਸਕਦੀ ਸੀ ਤੁਹਾਡੀਆਂ ਟਿੱਪਣੀਆਂ ਲਈਆਂ ਜਾ ਸਕਦੀਆਂ ਸੀ ਪਰ ਸਮੇਂ ਦੀ ਘਾਟ ਮਾਨਕ ਸਾਹਿਬ ਇੱਥੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਅਗਲੇ ਹਫਤੇ ਖਬਰਾਂ ਦੇ ਆਰ ਪਾਰ ਪ੍ਰੋਗਰਾਮ ਦੇ ਵਿੱਚ ਫੇਰ ਤੁਹਾਡੀ ਬੇਨਤੀ ਕਰਾਂਗੇ ਤੁਹਾਨੂੰ ਕਿ ਤੁਸੀਂ ਖਬਰਾਂ ਦੇ ਉੱਤੇ ਟਿੱਪਣੀਆਂ ਜ਼ਰੂਰ ਕਰੋ ਤੁਸੀਂ ਸਟੂਡੀਓ ਦੇ ਵਿੱਚ ਆਏ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ